ਜਦੋਂ ਬਾਬਾ ਫਰੀਦ ਸਰਕਾਰ ਜਿਹੜੇ ਨੇ ਖਿੱਦੋ ਖਿੰਡੀ ਚੁੱਕਣ ਵਾਸਤੇ ਗਏ ਨੇ, ਉਹਨਾਂ ਨੇ ਜਾ ਕੇ ਖਿੱਦੋ ਖੁੰਡੀ ਨੂੰ ਹੱਥ ਪਾਇਆ, ਉਹ ਤਾਂ ਚੁੱਕਣ ਲੱਗੇ ਤੇ ਉਹਨਾਂ ਨੇ 30 ਲੋਕੀ ਦਾ ਵਜਨ ਖਿੱਦੋ ਖੁੰਡੀ ਤੇ ਪਾਤਾ। ਉਹਨਾਂ ਕੋਲ ਥੱਲਿਓਂ ਹੀ ਤਾਂ ਉੱਠੀ ਹੈਗੀ, ਉਸ ਕੋਲ ਸਮਾਂ ਉਹਨਾਂ ਨੂੰ ਚੁੱਕਣ ਤੇ ਲੱਗ ਗਿਆ, ਟਾਈਮ ਲਾਇਆ, ਉਹਨਾਂ ਨੂੰ ਨਹੀਂ ਚੁੱਕੀ ਗਈ ਤੇ ਵਾਪਸ ਆਣ ਕੇ ਆਖਣ ਲੱਗੇ ਸਾਡੇ ਕੋਲ ਨਹੀਂ ਚੁੱਕੀ ਜਾਂਦੀ। ਤੇ ਕਾਕਾ ਮੇਰੇ ਨਾਲ ਮਜ਼ਾਕ ਨਾ ਕਰੋ, ਤੇ ਮੈਨੂੰ ਬਹੁਤ ਜ਼ਰੂਰੀ ਕੰਮ ਹੈ, ਮੈਨੂੰ ਦੱਸੋ ਤੁਸੀਂ, ਮੈਂ ਜਾ ਕੇ ਮਿਲਣਾ ਉਹਨਾਂ ਨੂੰ। ਖਵਾਜਾ ਸਰਕਾਰ ਨੇ ਉਹਨਾਂ ਨੂੰ ਦੂਸਰੇ ਰਸਤੇ ਥਾਣੀ ਭੇਜ ਦਿੱਤਾ ਤੇ ਆਪ ਦੂਸਰੇ ਰਸਤੇ ਥਾਣੀ ਪਹਿਲਾਂ ਘਰ ਚਲੇ ਗਏ। ਜਿਹੜਾ ਰਾਹ ਦੱਸਿਆ ਸੀ ਉਸੇ ਰਸਤੇ ਥਾਣੀ ਜਾ ਕੇ ਘਰ ਪਹੁੰਚੇ ਨੇਗੇ। ਜਾ ਕੇ ਵੇਖਿਆ ਕਿ ਸਰਕਾਰ ਪਲਕ ਤੇ ਬੈਠੇ ਤੇ ਉਹਨਾਂ ਜਾ ਕੇ ਪੁੱਛਿਆ ਵੀ ਖਵਾਜਾ ਕੁਤਬਦੀਨ ਬਖਤਿਆਰ ਦਾ ਕਾਕੀ ਦਾ ਘਰ ਇਹੋ ਹੀ ਆ? ਕਹਿੰਦੇ ਹਾਂਜੀ ਇਹੋ ਹੀ ਆ, ਦੱਸੋ ਕਿੱਧਰ ਆਏ ਹੋ? ਉਹ ਆਖਣ ਲੱਗੇ ਜੀ ਅਸੀਂ ਉਹਨਾਂ ਨੂੰ ਮਿਲਣਾ ਆ। ਕਹਿੰਦੇ ਅਸੀਂ ਆ, ਦੱਸੋ ਕੁਤਬਦੀਨ ਬਖਤਿਆਰ ਕਾਕੀ ਸਾਡਾ ਹੀ ਨਾਂ ਆ, ਤੇ ਦੱਸ ਵੀ ਭਗਤਾ ਕਿੱਧਰ ਆਇਆ? ਕਹਿੰਦੇ ਜੀ ਮੈਂ ਉਹਨਾਂ ਦਾ ਮਰੀਦ ਹੋਣਾ ਆ, ਮੈਂ ਮਰੀਦ ਹੋਣ ਵਾਸਤੇ ਆਇਆ। ਕਹਿੰਦੇ ਅੱਛਾ ਮਰੀਦ ਹੋਣਾ ਆ, ਤੇ ਜਾਓ ਸਾਡੀ ਨੁਕਰੇ ਖਿੱਦੋ ਖੁੰਡੀ ਪਈ ਆ, ਲਿਆ ਚੁੱਕ ਕੇ ਜਰਾ। ਜਦੋਂ ਖਿੱਦੋ ਖੁੰਡੀ ਚੁੱਕਣ ਗਏ ਵੇਖਿਆ ਤੇ ਉਹ ਹੀ ਮੈਦਾਨ ਦੇ ਵਿੱਚ ਖਿੱਦੋ ਖੁੰਡੀ ਤੇ ਉਹੀ ਨੁਕਰ ਦੇ ਵਿੱਚ ਖਿੱਦੋ ਖੁੰਡੀ ਪਈ। ਉੱਥੇ ਉਹਨਾਂ ਦੀ ਹਸਤੀ ਜਿਹੜੀ ਸੀਗੀ ਉਹ ਖਤਮ ਹੋ ਗਈ। ਉਹਨਾਂ ਵੇਖਿਆ ਵੀ ਨਾ ਉੱਥੇ ਨਹੀਂ ਚੁੱਕੀ ਗਈ ਤੇ ਇੱਥੇ ਪਰੋਂ ਚੁੱਕੀ ਜਾਣੀ ਜਾਂਦੀ। ਪਾਣ ਕੇ ਚਰਨਾਂ ਦੇ ਮਸਤਕ ਟਿਕਾਇਆ, ਸਿਰ ਰੱਖਿਆ ਤੇ ਮਾਫ਼ੀ ਮੰਗੀ, ਆਖਣ ਲੱਗੀ ਹਜ਼ੂਰ ਮੈਨੂੰ ਮਾਫ਼ੀ ਦਿਓ ਤੇ ਮੇਰੇ ਕੋਲ ਉੱਥੇ ਨਹੀਂ ਸੀ ਚੁੱਕੀ ਗਈ ਤੇ ਇੱਥੇ ਕਦੋਂ ਚੁੱਕੀ ਜਾਣੀ ਆ? ਕਹਿੰਦੇ ਨਹੀਂ ਹੁਣ ਚੁੱਕੀ ਜਾਏਗੀ। ਜਦੋਂ ਗਏ ਤੇ ਖੁੱਡੋ ਕੁੰਡੀ ਜਿਹੜੀ ਸੀ ਉਹ ਫੁੱਲਾਂ ਨਾਲ ਵੀ ਹੋਈ, ਲਿਆ ਕੇ ਆਸਣ 'ਤੇ ਰੱਖ ਦਿੱਤੀ ਤੇ ਆਖਣ ਲੱਗੇ ਮਹਾਰਾਜ ਇਹ ਦੱਸੋ ਵੀ ਮੇਰੇ ਕੋਲ ਉੱਥੇ ਕਿਉਂ ਨਹੀਂ ਚੁੱਕੀ ਗਈ? ਕਹਿੰਦੇ ਉੱਥੇ ਇਸ ਕਰਕੇ ਨਹੀਂ ਚੁੱਕੀ ਗਈ, ਉੱਥੇ ਤੂੰ ਹਸਤੀ ਦੇ ਵਿੱਚ ਆ, ਖੁਦੀ ਦੇ ਵਿੱਚ ਸਾਗਾ, ਹੁਣ ਤੇਰੀ ਖੁਦੀ ਜਿਹੜੀ ਆ ਖਤਮ ਹੋ ਚੁੱਕੀ ਸੀਗੀ, ਮੈਂ ਖਤਮ ਹੋ ਚੁੱਕੀ ਆ ਤੇ ਇਸ ਕਰਕੇ ਤੇਰੇ ਆ ਚੁੱਕ ਲਿਆਂਦੀ ਲੱਗੀ। ਜਿੰਨਾ ਚਿਰ ਇਨਸਾਨ ਦੇ ਵਿੱਚ ਮੈਂ ਹੈਗੀ ਉਹਨਾਂ ਚਿਰ ਹੰਕਾਰ ਦੇ ਵਿੱਚ ਹੀ ਰਹਿੰਦਾ ਆ। ਖਿੱਦੋ ਖੁੰਡੀ ਲਿਆ ਕੇ ਰੱਖੀ, ਉਹਨਾਂ ਨੇ ਫਿਰ ਉਹਨਾਂ ਆਪਣਾ ਮਰੀਦ ਕੀਤਾ, ਮਰੀਦ ਕਰਕੇ ਉਹਨਾਂ ਨੇ ਆਖਿਆ ਵੀ ਦੱਸੋ ਗੁਰੂ ਜੀ ਹੁਣ ਮੇਰੇ ਲਾਇਕ ਸੇਵਾ ਕੀ ਆ? ਉਹ ਆਖਣ ਲੱਗੇ ਵੀ ਤੂੰ ਸਾਡਾ ਇਸ਼ਨਾਨ ਕਰਾਇਆ ਕਰ, ਰਾਤ ਦੇ 12 ਵਜੇ ਉੱਠ ਕੇ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਣਾ ਹੈ। ਸਰਕਾਰ ਨੇ ਸੇਵਾ ਜਿਹੜੀ ਸੀਗੀ ਸ਼ੁਰੂ ਕਰ ਦਿੱਤੀ। ਰਾਤ ਦੇ 12 ਵਜੇ ਉੱਠ ਕੇ ਧੂਣਾ ਤਾਉਣਾ, ਧੂਣਾ ਲਾ ਕੇ ਪਾਣੀ ਗਰਮ ਕਰਨਾ, ਇਸ਼ਨਾਨ ਕਰਾਉਣਾ, ਇਸ਼ਨਾਨ ਕਰਾ ਕੇ ਹੁੱਕਾ ਤਿਆਰ ਕਰਨਾ, ਅੱਗ ਪਾ ਕੇ ਹੁੱਕਾ ਉਹਨਾਂ ਨੂੰ ਦੇਣਾ। ਇਹ ਸੇਵਾ ਦੇਖ ਕੇ ਤੇ ਆਖਣ ਲੱਗੇ ਵੀ ਪੁੱਤਰ ਤੇਰੀ ਇਹੋ ਹੀ ਸੇਵਾ ਬਹੁਤ ਹੈ, ਤੂੰ ਇਹੋ ਹੀ ਕਰ। ਸੇਵਾ ਕਰਦਿਆਂ ਕਰਦਿਆਂ ਉਹਨਾਂ ਨੂੰ 12 ਸਾਲ ਗੁਜ਼ਰ ਗਏ। 12 ਸਾਲਾਂ ਬਾਅਦ ਮੈਂ ਆਖਿਆ ਵੀ ਅੱਜ ਫਰੀਦ ਨੂੰ ਟਣਕਾ ਕੇ ਵੇਖੀਏ ਵੀ ਭਾਂਡਾ ਕੱਚ ਗਿਆ, ਕੱਚਾ ਹੀ ਆ ਕਿ ਚਾਹ ਪੱਕ ਗਿਆ ਹੈ। ਉਹਨਾਂ ਨੇ ਅਜਮਾਇਸ਼ ਕੀ ਲਈ ਵੀ ਰਾਤ ਦੇ 12 ਵਜਣ ਤੋਂ ਪਹਿਲਾਂ ਉਹਨਾਂ ਨੇ ਬਾਰਿਸ਼ ਤੇ ਹਵਾ ਸ਼ੁਰੂ ਕਰਾ ਦਿੱਤੀ। ਉੱਧਰ ਤੂਫਾਨ ਆ ਗਿਆ, ਉੱਧਰ ਬਾਰਿਸ਼ ਸ਼ੁਰੂ ਹੋਈ ਆ। ਚਲੋ ਬਾਬਾ ਫਰੀਦ ਸਰਕਾਰ ਨੂੰ ਉਹਨਾਂ ਨੇ ਠਾਲ ਦਿੱਤਾ ਵੀ ਉੱਠ ਪੁੱਤਰ ਸਾਡੇ ਟਾਈਮ ਹੋ ਗਿਆ, ਇਸ਼ਨਾਨ ਦਾ ਪਾਣੀ ਗਰਮ ਕਰ ਤੇ ਇਸ਼ਨਾਨ ਕਰਾ। ਤੇ ਜਦੋਂ ਫਰੀਦ ਸਰਕਾਰ ਨੇ ਉੱਠ ਕੇ ਵੇਖਿਆ ਤੇ ਬਾਹਰ ਬਾਰਿਸ਼ ਵਰਨ ਡਈ ਆ, ਪਰ ਧੂਣਾ ਜਿਹੜਾ ਹੈਗਾ ਉਹ ਮਸਤ ਹੋ ਗਿਆ ਤੇ ਹਵਾ ਬਹੁਤ ਤੇਜ਼ ਚੱਲਣ ਡਈ, ਸਿਆਲ ਦੀ ਰੁੱਤ ਆ। ਤੂੰ ਆਖਣ ਲੱਗੇ ਸਰਕਾਰ ਬਾਹਰ ਤੇ ਬਾਰਿਸ਼ ਹੋਣ ਡਈ ਆ ਤੇ ਧੂਣਾ ਤੇ ਮੱਧਮ ਹੋ ਗਿਆ ਤੇ ਹੁਣ ਪਾਣੀ ਕਿਸ ਤਰ੍ਹਾਂ ਗਰਮ ਕਰਾਂਗਾ? ਤੂੰ ਆਖਣ ਲੱਗੇ ਪੁੱਤਰ ਸਾਡਾ ਇਸ਼ਨਾਨ ਕਰਾ, ਜਿੱਥੋਂ ਮਰਜ਼ੀ ਅੱਗ ਲਿਆ ਕੇ ਪਾਣੀ ਗਰਮ ਕਰ। ਤੂੰ ਆਖਣ ਲੱਗੇ ਇਸ ਟਾਈਮ ਤੇ ਅੱਗ ਕਿੱਥੋਂ ਮਿਲੇਗੀ ਅੱਧੀ ਰਾਤ? ਕਹਿੰਦੇ ਚਾਨਣੀ ਚੌਂਕ ਦੇ ਵਿੱਚ ਚਲੇ ਜਾ, ਉੱਥੇ ਇੱਕ ਮਾਤਾ ਆ ਤੇ ਉਹਨੇ 36 ਸਾਲ ਹੋ ਗਏ ਅਜੇ ਸਿੱਧਾ ਉਹਦਾ ਧੂਣਾ ਨਹੀਂ ਬੁਝਿਆ। ਕਹਿੰਦੇ ਅੱਛਾ। ਬਾਬਾ ਫਰੀਦ ਸਰਕਾਰ ਖੁਸ਼ੀ ਦੇ ਨਾਲ ਉੱਠੇ ਨੇ, ਬੁੱਕਰ ਮਾਰੀ ਆ ਲੋਈ ਦੀ, ਕਮਲੀ ਦੀ ਬੁੱਕਰ ਮਾਰ ਕੇ ਤੁਰ ਗਏ ਨੇ। ਜਦੋਂ ਜਾ ਕੇ ਵੇਖਿਆ ਤੇ ਉਹ ਮਾਤਾ ਦਾ ਧੂਣਾ ਜਿਹੜਾ ਸੀਗਾ ਬਣ ਡਿਆ।
ਉਹਨਾਂ ਵੇਖ ਕੇ ਆਵਾਜ਼ ਦਿੱਤੀ, ਮਾਤਾ ਮੈਂ ਅੱਗ ਖੜਨੀ ਆ, ਅੱਗ ਦਿਓ ਮੈਨੂੰ। ਮਾਤਾ ਨੇ ਜਵਾਬ ਨਹੀਂ ਦਿੱਤਾ। ਫਿਰ ਉਹਨਾਂ ਦੂਸਰੀ ਵਾਰ ਆਖਿਆ, ਮਾਤਾ ਮੈਂ ਅੱਗ ਖੜਨੀ ਆ ਗਈ, ਅੱਗ ਦਿਓ, ਮੈਂ ਆਪਣੇ ਗੁਰੂ ਮਹਾਰਾਜ ਦਾ ਇਸ਼ਨਾਨ ਕਰਾਉਣਾ ਆ, ਪਾਣੀ ਗਰਮ ਕਰਕੇ ਅੱਗ ਦਿਓ। ਉਹਨੇ ਆਖਿਆ, ਫਰੀਦ ਇਹ ਅੱਗ ਮੁਫਤ ਨਹੀਂ ਮਿਲਦੀ, ਇਸ ਅੱਗ ਮੁੱਲ ਵਿਕਦੀ ਆ। ਤੇ ਕਹਿੰਦੇ, ਮਾਤਾ ਜੀ ਕਿੰਨੇ ਪੈਸੇ? ਕਹਿੰਦੇ ਜੀ ਇੱਕ ਆਨਾ। ਉਹਨਾਂ ਜੇਬਾਂ ਦੇ ਵਿੱਚ ਹੱਥ ਮਾਰਿਆ, ਕੋਈ ਪੈਸਾ ਨਹੀਂ ਜੇਬ ਦੇ ਵਿੱਚ। ਕਹਿੰਦੇ, ਮਾਤਾ ਜੀ ਤੁਸੀਂ ਅੱਗ ਦੇ ਦਿਓ ਤੇ ਮੈਂ ਸਵੇਰੇ ਆਪਣੇ ਮੁਰਸ਼ਦ ਕੋਲ ਲਿਆ ਕੇ ਤੁਹਾਨੂੰ ਆਨਾ ਦੇ ਦਿਆਂਗਾ, ਤੇ ਨਾਲੇ ਇਸ਼ਨਾਨ ਕਰਨਗੇ, ਖੁਸ਼ ਹੋਣਗੇ, ਤੁਹਾਨੂੰ ਵੀ ਆਸ਼ੀਰਵਾਦ ਦੇਣਗੇ। ਕਹਿੰਦੀ, ਫਰੀਦ ਉਸ ਆਨੇ ਦੀ ਅੱਗ ਨਹੀਂ ਕਰ ਗੱਲ ਨਹੀਂ ਕਰਦੀ, ਤੇ ਅੱਖ ਦਾ ਆਨਾ ਦੇ ਕੇ ਤੇ ਫਿਰ ਅੱਗ ਮਿਲਦੀ ਆ। ਕਹਿੰਦੇ, ਅੱਛਾ ਲਿਆ ਫਿਰ ਮਾਤਾ ਕੋਈ ਜੇ ਚੀਜ਼ ਦੇ ਦੇਣਾ ਤੱਡ ਕੇ ਦਵਾਂ। ਉਹ ਮਾਤਾ ਨੇ ਫੜਾਈ ਛੁਰੀ, ਉਹਨਾਂ ਮਾਰ ਕੇ ਛੁਰੀ ਅੱਖ ਕੱਢ ਕੇ ਤੇ ਮਾਤਾ ਦੀ ਤੜੀ ਤੇ ਰੱਖ ਦਿੱਤੀ ਹੈ, ਤੇ ਮਾਤਾ ਨੇ ਅੱਗ ਦਿੱਤੀ ਤੇ ਲੈ ਕੇ ਤੁਰਨ ਲੱਗੇ, ਬੁੱਕਲ ਦੇ ਵਿੱਚ ਅੱਗ ਦੇ ਲਈ ਆ। ਬਸ ਦੇਖਦੇ ਕੀ ਆ, ਬਾਰਿਸ਼ ਹੋਣ ਡੀ ਆ, ਛਿੱਟਾਂ ਪੈਣ ਡੀਆਂ, ਗਲੀਆਂ ਦੇ ਵਿੱਚ ਚਿੱਕੜ ਆ। ਉੱਥੇ ਫਰੀਦ ਸਰਕਾਰ ਜੀ ਦੇ ਮਨ ਦੇ ਵਿੱਚ ਜਿਹੜੀ ਖਵਾਹਿਸ਼ਾਂ ਉੱਠੀਆਂ ਸੀਗੀਆਂ, ਉਹ ਆਖਣ ਲੱਗੇ, ਫਰੀਦ ਇੱਕ ਤੇਰੇ ਉੱਤੇ ਕਮਲੀ ਆ, ਬਾਰਿਸ਼ ਵਰਦੇ ਦੇ ਵਿੱਚ ਆਇਆ, ਬਾਰਿਸ਼ ਵਰਦੇ ਦੇ ਵਿੱਚ ਜਾਣਾ ਆ, ਤੇ ਅਜੇ ਰਾਤ ਬੜੀ ਲੰਮੀ ਆ, ਤੇ ਜੇ ਤੂੰ ਕਿਉਂ ਤੇ ਕਮਲੀ ਪੈ ਭਿੱਜ ਜਾਣੀ ਆ ਤੇ ਤੂੰ ਰਾਤ ਠਰਦਾ ਰਹਿਣਾ। ਇਸ ਤਰ੍ਹਾਂ ਵਿਚਾਰਾਂ ਕਰਨ ਡੇ ਨੇ। ਫਿਰ ਮਨ ਦੇ ਵਿੱਚ ਵਿਚਾਰ ਆਈ ਵੀ ਫਰੀਦਾ ਇਹ ਕਿਹੜੀ ਗੱਲ ਹੋਈ ਆ, ਚੱਲ ਉੱਥੇ ਸਲੋਕ ਦੇ ਵਿੱਚ ਉਹਨਾਂ ਨੇ ਦੱਸਿਆ, ਫਰੀਦਾ ਗਲੀਓ ਚਿੱਕੜ ਦੂਰ ਕਰ, ਤੇਰਾ ਨਾਲ ਪਿਆਰੇ ਨਿਓ। ਫਰੀਦਾ ਜਿਹੜਾ ਤੇਰੇ ਅੰਦਰ ਜਿਹੜਾ ਚਿੱਕੜਿਆ ਨਾ, ਇਹਨੂੰ ਦੂਰ ਕਰ, ਤੇ ਤੇਰੇ ਦੇ ਪਿਆਰ ਤੇ ਪਿਆਰੇ ਦੇ ਨਾਲ ਤੇਰਾ ਕਿਸੇ ਨਾਲ ਨਿਓ ਲੱਗਾ ਹੈ। ਫਰੀਦਾ ਗਲੀਓ ਚਿੱਕੜ ਦੂਰ ਕਰ, ਤੇਰਾ ਨਾਲ ਪਿਆਰੇ ਨਿਓ, ਚੱਲਾਂ ਤਾਂ ਭੀਜੇ ਕੰਬਲੀ, ਰਹਾਂ ਤਾਂ ਟੂਟੇ ਨਿਓ, ਮੇਰੀ ਪੀਜੋ ਸੀਜੋ ਕੰਬਲੀ, ਅੱਲਾ ਬਰਸੇ ਨਿਓ, ਆਣ ਮਿਲਾ ਦਿਨ ਸੱਜਣਾ ਮੇਰਾ ਟੂਟੇ ਨਾ। ਫਰੀਦ ਜੀ ਕਹਿੰਦੇ, ਕੰਬਲੀ ਭਿੱਜਦੀ ਆ ਤੇ ਭਿੱਜੀ ਪਏ, ਬਾਰਿਸ਼ ਹੁੰਦੀ ਆ ਤੇ ਹੋਵੇ, ਠੱਕਾ ਵਰਦਾ ਆ ਤੇ ਵਗੇ, ਮੈਂ ਤੇ ਆਪਣੇ ਯਾਰ ਨੂੰ ਜਾ ਕੇ ਮਿਲਣਾ ਹੀ ਮਿਲਣਾ, ਜੇ ਮੈਂ ਅੱਜ ਗੁਰੂ ਤੋਂ ਰਹਿ ਗਿਆ ਤੇ ਮੇਰੀ ਸਾਰੀ ਤਪੱਸਿਆ ਕੀਤੀ ਜਿਹੜੀ ਹੈਗੀ ਹੈ ਭੰਗ ਹੋ ਜਾਣੀ ਆ, ਇਹਦਾ ਕੋਈ ਫਲ ਨਹੀਂ ਹੋਣਾ ਹੈ। ਫਰੀਦ ਜੀ ਅੱਗ ਲੈ ਕੇ ਪਹੁੰਚੇ ਨੇ, ਜਦੋਂ ਦਰਬਾਰ ਦੇ ਵਿੱਚ ਪਹੁੰਚੇ ਨੇ, ਆ ਮੀਂਹ ਵੀ ਬੰਦ ਹੋ ਗਿਆ ਤੇ ਹਵਾ ਵੀ ਬੰਦ ਹੋ ਗਈ। ਸਰਕਾਰ ਨੇ ਧੂਣਾ ਜਾਰੀ ਕੀਤਾ, ਅੱਗ ਬਾਲ ਕੇ ਪਾਣੀ ਗਰਮ ਕੀਤਾ, ਪਾਣੀ ਗਰਮ ਕਰਕੇ ਗੁਰੂ ਮਹਾਰਾਜ ਦਾ ਇਸ਼ਨਾਨ ਕਰਾਇਆ, ਇਸ਼ਨਾਨ ਕਰਾ ਕੇ ਤੇ ਉਹਨਾਂ ਹੁੱਕੇ ਤੇ ਅੱਗ ਧਰ ਕੇ ਦਿੱਤੀ ਆ, ਤੇ ਆਪ ਸਰਕਾਰ ਜਿਹੜੇ ਨੇਗੇ ਉਹ ਕੋਲ ਖੜ ਗਏ ਨੇਗੇ, ਬਾਬਾ ਫਰੀਦ ਸਰਕਾਰ ਕੋਲ ਖੜੇ ਨੇ। ਸਰਕਾਰ ਨੇ ਜਦੋਂ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਸਰਕਾਰ ਨੇ ਹੁੱਕੇ ਦੇ ਵਿੱਚੋਂ ਘੁੱਟ ਖਿੱਚਿਆ ਤੇ ਲੈਟ ਨਿਕਲੀ ਟੋਪੀ ਦੇ ਵਿੱਚ, ਤੇ ਉਹਨਾਂ ਤਾਂ ਨੂੰ ਵੇਖਿਆ ਤੇ ਫਰੀਦ ਸਰਕਾਰ ਨੇ ਅੱਖ ਦੇ ਉੱਤੇ ਪੱਟੀ ਬੱਧੀ, ਉਹ ਦੇਖ ਕੇ ਆਖਣ ਲੱਗੇ, ਪੁੱਤਰ ਅੱਖ ਤੇ ਪੱਟੀ ਕਿਉਂ ਬੱਧੀ ਅੱਜ? ਆਖਣ ਲੱਗੇ, ਸਰਕਾਰ ਅੱਖ ਦੁਖਣੇ ਆਈ ਆ, ਪੀੜ ਹੁੰਦੀ ਸੀ ਤਾਂ ਕਰਕੇ ਪੱਟੀ ਬੱਧੀ ਹੈਗੀ। ਉਹ ਆਖਣ ਲੱਗੇ, ਪੱਟੀ ਖੋਲ ਦੇ, ਇਹ ਅੱਖ ਹੁਣ ਦੁਗਣੀ ਹੋ ਚੁੱਕੀ ਹੈਗੀ। ਜਦੋਂ ਸਰਕਾਰ ਨੇ ਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਪੱਟੀ ਖੋਲੀ, ਤੇ ਅੱਗੇ ਨਾਲੋਂ ਵੀ ਉਸ ਅੱਖ ਦੀ ਲਾਈਟ ਜਿਹੜੀ ਸੀਗੀ ਰੂਹਾਨੀ ਦੁਣੀ ਹੋ ਗਈ। ਫਿਰ ਉੱਥੇ ਉਹਨਾਂ ਨੂੰ ਉਹਨਾਂ ਦਾ ਸਬਰ ਸੰਤੋਖ ਦੇਖਿਆ ਸਰਕਾਰ ਨੇ, ਤੇ ਉਹਨਾਂ ਨੂੰ ਥਾਪਨਾ ਦਿੱਤੀ ਕਿ ਜਾਓ ਫਰੀਦ, ਅਸੀਂ ਵੀ ਤੁਹਾਡੀ ਸਿਫਤ ਤਿਆਰ ਕਰਕੇ ਤੁਹਾਨੂੰ ਯਾਦ ਕਰਿਆ ਕਰਾਂਗੇ, ਤੇ ਹੁਣ ਤੁਸੀਂ ਗੁਰਮਤ ਦਾ ਉਪਦੇਸ਼ ਕਰੋ ਤੇ ਜਾ ਕੇ ਦੁਨੀਆਂ ਨੂੰ ਸਿੱਧੇ ਰਸਤੇ ਤੇ ਪਾਓ, ਨਾਮਦਾਨ ਬਖਸ਼ੋ, ਸੰਗਤ ਦਾ ਭਲਾ ਕਰੋ। ਗੁਰੂ ਮਹਾਰਾਜ ਚੜ੍ਹਦੀ ਕਲਾ ਕਰੇਗਾ ਦਾਤਾ ਮੇਰ ਕਰੇ, ਸਤਿਗੁਰ ਰਹਿਮਤਾਂ ਕਰੇ, ਸਭ ਸੰਗਤਾਂ ਦੇ ਸਾਥ ਹੋਵੇ। ਤੇ ਬਾਬਾ ਫਰੀਦ ਸਰਕਾਰ ਦੀ ਬਾਣੀ ਜਿਹੜੀ ਹੈ ਸਾਨੂੰ ਪ੍ਰੇਰਨਾ ਦਿੰਦੀ ਆ, ਫਰੀਦਾ ਐਸਾ ਹੋ ਰਹੋ ਜੈਸੇ ਜੰਗਲ ਰੁੱਖ,
सब दे सिर ते छां करे तेरे अपने सिर ते धुप। दावा फरीद जी सरकार कहते ने भी ऐ इंसान तेरे विच इन्ना हौसला होना चाहिए कि जिन्ना एक दरखत दे विच हौसला आ, किन्नी गर्मी दे विच आप धुप सहन दिया ते तेनू इंसान वो छां दिंदा आ। इस तरह ही तेनू भी दुख सह के ते दूसरे का भला करना चाहिए। फरीदा जो तैं बाहर मुकियां तिना ना मारी घुम ते आप नेड़े कर जाके पैर तिना दे चुम। फरीद जी कहिंदे जे तेनू कोई बुरा भी कहिंदा ना ते उहनू बुरे का जवाब बुरे विच ना दे, उहदा परमात्मा दे अगे भला मंग कि ऐ परमात्मा इन्हें मैनू बुरा बोलिया, इहनू अच्छा बोलन दी समर्थ बख्श, भला कर इहदा क्योंकि अगे तो ये अच्छे बचन बोले। फरीदा बुरे का भला कर, गुस्सा मन ना हंडाए, देही रोग ना लग सी पल्ले सब कुछ पाए। जे असी मन दे लागे गुस्से नू ना ना लियावांगे तो कहिंदे फिर साडी देही नू रोग नहीं लगेगा। फरीदा ऐसा हो रो जैसे जंगल रुख, सब दे सिर ते छां करे तेरे अपने सिर ते धुप। फरीदा ऐसा हो रो जैसे कख मसीत, तेनू चतो पैर लताड़ दे तेरी साहब दे नाल करी। फरीद जी कहते ने फरीदा ऐसा इंसान हो के रहो कि जिस तरह एक कख हुंदा है ते कख दे उत्तों दी सारे नंके जांदे ने गे, पर ओह दरियां सी नहीं करदा हैगा, कख दी न्याई इंसान तू हो के रहो। बाबा फरीद सरकार दी बाणी इन्नी की जात दाता मेहर करे, रहमता करे सब परिवार ते बच्चों के मेहरा करन ते सानू नामदान जपन दी रहमता बख्शन, तंदुरुस्तियां बख्शन ते आईयां सकता दे विच यारवीं विच सरकार दी यारवीं चाई सकतां जो भी इन्हां दीआं हाजरियां कबूल करन, आसां मुरादां पूरियां करन। पीर नाशाह सरकार जो तेरे दर ते आवे राजी हो के जावे, मुँह मंगियां मुरादां पावे, बोल साचे दरबार की जय।